पटियाला शहर के रागो माजरा इलाके स्थित सब्जी मंडी के बाहर भारी गिनती में फल और सब्जी विक्रेता रेहड़ी वाले ने कोरोना नियमों की परवाह न करद नगर निगम पटियाला विरुद्ध रोस प्रदर्शन किया। इस मौके उन्होंने अपने फल सब्जियां आदि सड़क उपर सुट के प्रशासन विरुद्ध नारेबाजी की। रेहड़ी वाले का कहना है कि कोरोना महामारी के चलद जदों रोजी रोटी कमाने तो मोहताज होए पे ने तो अजे हालातों में उन्होंने रेहड़िया ना लगाने के हुक्म दिए जा रहे हैं जिस कारण उन्होंने भारी परेशानी का सामना करना पै रहा है। उधर दूसरे पास एक प्रशासनिक अधिकारी ने अपना नाम गुप्त रखने की शर्त कहा कि शहर में नाजायज रेहड़िया की गिनती बेतहाशा वधदी जा रही है, कई को लाइसेंस या परमिशन भी नहीं है जिस कारण आम लोगों राहगीर काफ़ी परेशानी का सामना करना पैंता है। इस तो अलावा गुप्त सूचना यह भी है कि कई फल और सब्जी विक्रेता भी ज़्यादा रेहड़ी वाले बर्दाश्त नहीं कर रहे तो वह भी अधिकारियों को शिकायत करते रहते हैं। ਮੰਗਲ ਸਿੰਘ ਜੀ ਮੰਗਲ ਜੀ ਕੀ ਹੋਇਆ ਕਿਉਂ ਇਕੱਠੇ ਹੋਇਆ ਰਹੇ ਇਹ ਇਕੱਠ ਹੋ ਰਿਹਾ ਜੀ ਇੱਥੇ ਗਰੀਬ ਸਾਰੇ ਸਬਜ਼ੀ ਖਾ ਵੇਚ ਰਹੇ ਨੇ ਹੈ ਐਸੀ ਜਗ੍ਹਾ ਭੇਜ ਰਿਹਾ ਜਿੱਥੋਂ ਰਾਤ ਨੂੰ ਜੇਬਾਂ ਵੀ ਸਾਡੀਆਂ ਵੱਢ ਕੇ ਲੈ ਜਾਣ ਮਾਜਰੀ ਦੇ ਹਾਂਜੀ ਤੇ ਹੁਣ ਫਿਰ ਕੀ ਲਗਾਤਾਰ ਸਾਨੂੰ ਇੱਥੇ ਹੀ ਟਿਕਿਆ ਰਹਿਣਾ ਚਾਹੀਦਾ ਆ 8 ਦਿਨ ਹੋਏ ਸੀ ਇਹਨੂੰ ਬਣੇ ਨੂੰ ਇੱਥੇ ਤੋੜ ਤਰਾਈ ਕਰੀ ਆ ਮੇਰਾ ਗੋਡੇ ਦੇ ਅਜੇ ਤੱਕ ਸੱਟ ਲੱਗੀ ਮੇਰੇ ਤਾਂ ਸਿੱਧਾ ਤੁਰਿਆ ਨਹੀਂ ਜਾਂਦਾ ਤੁਸੀਂ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਿਓ ਕੋਈ ਸਾਡੇ ਨਾਲ ਧੱਕਾ ਹੋ ਰਿਹਾ ਹਾਂਜੀ ਮਿਲੇ ਇਸੇ ਨਹੀਂ ਮਿਲੇ ਜੀ ਕੀ ਕਹਿੰਦੇ ਆ एक मैं कहना कुछ नहीं तुहानू लांदा पिछे बह जाओ मैं तुहानू सारी उम्र वास्ते इत्थे बिठावांगा ए बिच्चू मीर हुण कहना भी इत्थों उत्थे भेजा ਤਰੋਂ ਨਾ ਮਨਜੂਰ ਹੈ ਹੈ ਤਰੋਂ ਨਾ ਮਨਜੂਰ ਹੈ ਹਾਂ ਜੀ ਕੀ ਨਾਮ ਹੈ ਜੜਾ ਹਾਂਜੀ ਮੇਰਾ ਨਾਮ ਜਗੀਰ ਰਾਮ ਹੈ ਮੈਂ ਤੇ ਬਾਬਾ ਜੀ ਤੋਂ ਮਸ਼ਹੂਰ ਹਾਂ ਤੇ ਕਿੰਨੇ ਛੇ ਦੌਰੇ ਤੋਂ ਆ ਗਏ ਮੰਡੀ ਜੀ 35 40 ਸਾਲ ਹੋ ਗਏ ਜੀ ਇਸੇ ਕੰਮ ਕਰਦੇ ਆ ਅੱਛਾ ਸਾਨੂੰ ਕੀ ਸਮੱਸਿਆ ਆ ਰਹੀ ਕਿ ਸਾਨੂੰ ਸਮੱਸਿਆ ਸਾਰੇ ਇਹ ਹੈ ਜਦੋਂ ਦੀ ਇਹ ਕਾਂਗਰਸ ਸਰਕਾਰ ਬਣੀ ਹੈ ਸਾਨੂੰ ਕਿਸੇ ਵੀ ਸਰਕਾਰ ਨੇ ਤੰਗ ਨਹੀਂ ਕੀਤਾ ਨਾ ਵੀ ਕਿਸੇ ਗਰੀਬ ਬੰਦੇ ਨਾਲ ਧੱਕਾ ਹੋਇਆ ਜਿੱਦਣ ਦੀ ਸਾਡੀ ਕਾਂਗਰਸ ਸਰਕਾਰ ਬਣੀ ਹੈ ਮੈਂ ਖੁਦ ਕਾਂਗਰਸੀ ਸੀ ਤੇ ਹੈਗਾ ਹਲੇ ਵੀ ਪਰ ਸਾਡੀ ਕਾਂਗਰਸ ਸਾਨੂੰ ਹੀ ਧੱਕਾ ਇੰਨਾ ਕਰ ਰਹੀ ਹੈ ਇਹ ਤੇ ਕਹਿੰਦੇ ਨੇ ਗਰੀਬੀ ਚੱਕਾਂਗੇ ਪੰਜਾਬ ਦੇ ਵਿੱਚ ਇਹ ਹੁਣ ਤਾਂ ਮੈਨੂੰ ਇਹ ਲੱਗ ਰਿਹਾ ਸਾਨੂੰ ਗਰੀਬਾਂ ਨੂੰ ਵੀ ਚੱਕਣ ਇੱਥੇ ਸਾਡੇ ਨਾਲ ਇਹ ਧੱਕਾ ਹੋ ਰਿਹਾ ਇੱਕ ਤਾਂ ਅਸੀਂ 22 ਮਾਰਚ ਤੋਂ ਇੰਨਾ ਕੋਰੋਨਾ ਦੇ ਮਹਾਮਾਰੀ ਦੇ ਵਿੱਚ ਚਲੋ ਉਹ ਕੁਦਰਤ ਆਫਤ ਹੈ ਉਹ ਨਾਲ ਅਸੀਂ ਲੜੇ ਸਾਡਾ ਇੰਨਾ ਨੁਕਸਾਨ ਹੋਇਆ ਹੱਥ ਤੋਂ ਪਰਾਂ ਅਸੀਂ ਝੱਲੇ ਆਪਣਾ ਨੁਕਸਾਨ ਹੁਣ ਸਾਨੂੰ ਕੱਲ੍ਹ ਕੀ ਹੋਇਆ ਕੱਲ੍ਹ ਜਿਹੜੀ ਮੇਨ ਗੱਲ ਆਈ ਹੈ ਜੀ 8 ਦਿਨ ਪਹਿਲਾਂ ਮੰਡੀ ਬੰਦ ਰਹੀ ਹੁਣ ਜੀ ਥੋੜਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਸੀਂ 8 ਦਿਨ ਦੇ ਕਰਜ਼ਾਈ ਹੋ ਗਏ ਇਸ ਟਾਈਮ ਸਾਡੇ ਕੋਲ ਮਰਨ ਤੋਂ ਬਗੈਰ ਕੋਈ ਚਾਰਾ ਨਹੀਂ ਹੈ ਅਸੀਂ ਕੋਰੋਨਾ ਨਾਲ ਨਹੀਂ ਮਰਾਂਗੇ ਆੜ੍ਹਤਿਆਂ ਦੇ ਕਰਜ਼ਾਈ ਨਾਲ ਇੱਥੇ ਭੁੱਖਮਰੀ ਨਾਲ ਜ਼ਰੂਰ ਮਰ ਜਾਵਾਂਗੇ ਸਾਡਾ ਇੱਕ ਬੰਦਾ ਰੇਹੜੀ ਲਾਉਂਦਾ ਉਹਦੇ ਪਿੱਛੇ 5 ਤੋਂ ਲੈ ਕੇ 10 ਬੰਦੇ ਪਰਿਵਾਰ ਕਿਹਦਾ ਬੁੱਢਾ ਕਿਹਦੀ ਮਾਂ ਪਿਓ ਇਹਦੇ ਬੱਚੇ ਉਹ ਖਾਣ ਵਾਲੇ ਬੈਠੇ ਨੇ ਸਾਡੇ ਕੀ ਕੀਤਾ ਕੱਲ੍ਹ ਪ੍ਰਸ਼ਾਸਨ ਨੇ ਕੀ ਕੀਤਾ ਕਹਿੰਦਾ ਇੱਥੋਂ ਚੱਕ ਲਓ ਤੁਹਾਨੂੰ ਉੱਥੇ ਸ਼ਿਫਟ ਕਰਾਂਗੇ ਜਿਹਨੇ ਜਾਣਾ ਚਾਹੁੰਦੇ ਟੰਡਿਆਂ ਨਾਲ ਭਜਾਵਾਂਗੇ ਕੱਲ੍ਹ ਦੀ ਗੱਲ ਮਾਂ ਰਾਣੀ ਸਾਹਿਬਾਂ ਉਹ ਟਿੱਕੇ ਬੈਠੇ ਹੋਏ ਨੇ ਸੀਐਮ ਦਿੱਤਾ ਪਿਆ ਸੀ ਆਪਣੇ ਪਟਿਆਲੇ ਸ਼ਹਿਰ ਦਾ ਵੀ ਸਾਡਾ ਫਾਇਦਾ ਕਰੇ ਪਰ ਸਾਨੂੰ ਸੀਐਮ ਨੂੰ ਨਹੀਂ ਸੁਣ ਰਿਹਾ ਜਿਹਨੂੰ ਅਸੀਂ ਇੱਕ ਇੱਕ ਵੋਟ ਪਾ ਕੇ ਅੱਜ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਉਹ ਵੀ ਸਾਡਾ ਕੋਈ ਨਹੀਂ ਰਿਹਾ ਇਹਨੇ ਗੁੰਡੇ ਪਾਲੇ ਨੇ ਉਹ ਆ ਕੇ ਕਹਿੰਦੇ ਆ ਉੱਠ ਜਾਓ ਉੱਥੋਂ ਚਲੇ ਜਾਓ ਉੱਥੋਂ ਚਲੇ ਜਾਓ ਹਾਂਜੀ ਕਿੰਨੇ ਗੁੰਡੇ ਪਾਲੇ ਇਹ ਗੁੰਡੇ ਪਾਲੇ ਹੋਏ ਨੇ ਇਹਨਾਂ ਨੇ ਜੀ ਕੋਈ ਆਂਦਾ ਕੋਈ ਆਪਣੀ ਗੱਡੀ ਲੈ ਕੇ ਆ ਜਾਂਦਾ ਕੋਈ ਕੁਛ ਕਰਕੇ ਚਲੇ ਜਾਓ ਇੱਥੋਂ ਚਲੇ ਜਾਓ ਇੱਥੋਂ ਚੱਕੋ ਤੁਹਾਡਾ ਹੈ ਕੀ ਸਾਰੇ ਅਸੀਂ ਜਨਤਾ ਜੇ ਪੰਜਾਬ ਸਰਕਾਰ ਨੂੰ ਚੰਗੀ ਨਹੀਂ ਲੱਗਦੀ ਸਾਨੂੰ ਵੈਸੇ ਦਵਾਈ ਦੇ ਕੇ ਮਾਰ ਦਿਓ ਇੰਨਾ ਤੰਗ ਕਰਨ ਦੀ ਕੀ ਲੋੜ ਹੈ ਇੱਕ ਇੱਕ ਬੰਦੇ ਦੇ ਮਗਰ 10-10 ਬੰਦੇ ਖਾਣ ਵਾਲੇ ਨੇ ਸਾਡੇ ਸਾਨੂੰ ਕਿਉਂ ਕਰਦੇ ਹੋ ਉਹ ਉੱਥੇ ਭੇਜ ਰਹੇ ਸਾਨੂੰ ਕੋਰੋਨਾ ਦੀ ਮਹਾਂ ਮਰਨ ਵਾਲੇ ਅੱਗੇ ਮਰੇ ਪਏ ਹਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ 2 ਸਾਲ ਦਾ ਖੁੱਲ੍ਹਾ ਟਾਈਮ ਦਿੱਤਾ ਜਾਵੇ ਜੋ ਵੀ ਇਹ ਕਹਿਣਗੇ ਅਸੀਂ ਮੰਨਣ ਨੂੰ ਤਿਆਰ ਹੋਵਾਂਗੇ ਲੇਕਿਨ ਹੱਲੇ ਕੀ ਨਾਮ ਜਿਹੜਾ ਮੇਰਾ ਨਾਮ ਬਿੰਦਰ ਸਿੰਘ ਨਿੱਕੂ ਹੈ ਜੀ ਬਿੰਦਰ ਜੀ ਤੁਸੀਂ ਧਰਨਾ ਲਾਇਆ ਇੰਨਾ ਇਕੱਠ ਕੀਤਾ ਔਰ ਜਿਹੜਾ ਸਬਜ਼ੀ ਘੇਰੀ ਹੈ ਕੀ ਕਾਰਨ ਹੈ ਇਹਨਾਂ ਕੋਰੋਨਾ ਦੀ ਬਿਮਾਰੀ ਚੱਲ ਰਹੀ ਹੈ ਜਿਹਦੇ ਕਰਕੇ ਸਾਡਾ ਪਹਿਲਾਂ 3 ਮਹੀਨੇ ਤਾਂ ਅਸੀਂ ਬੰਦ ਹੀ ਰਹੇ ਕਿਉਂਕਿ ਸਾਡੇ ਇਹ ਜਿਹੜੇ ਬੰਦੇ ਬੈਠੇ ਆ ਸਾਰੇ ਸਾਰੀ ਸਾਡੀ ਰੇਹੜੀ ਯੂਨੀਅਨ ਇਹਨਾਂ ਦੇ ਕਿਸੇ ਦੇ ਕੋਈ ਕਾਰਡ ਨਹੀਂ ਬਣੇ ਕਿਉਂਕਿ ਕਾਂਗਰਸ ਸਰਕਾਰ ਨੇ 5,000 ਦੇ ਕੇ ਲੋਕਾਂ ਦੇ ਪਾਸ ਬਣਾਏ ਅਤੇ ਸਾਡੇ ਕਿਸੇ ਦਾ ਕਾਰਡ ਨਹੀਂ ਬਣਿਆ ਜੇ ਸਾਡਾ ਹੁਣ ਕੁਛ ਕੁ ਦਿਨਾਂ ਤੋਂ 2-4 ਦਿਨਾਂ ਤੋਂ ਕੰਮ ਚੱਲਿਆ ਤਾਂ ਉਹ ਵੀ ਹੁਣ ਬੰਦ ਕਰਾਉਣ ਨੂੰ ਫਿਰ ਰਹੇ ਹੈ ਸਾਨੂੰ ਕਹਿੰਦੇ ਉੱਥੇ ਜਾਓ ਜੇ ਅਸੀਂ ਉੱਥੇ ਜਾ ਕੇ ਉਰੇ ਸਾਡਾ ਕੰਮ ਨਹੀਂ ਚੱਲ ਰਿਹਾ ਉੱਥੇ ਸਾਡਾ ਕੰਮ ਚੱਲੇ ਨਾ ਚੱਲੇ ਕੀ ਚੱਲੇਗਾ ਅਤੇ ਅਸੀਂ ਜੇ ਉੱਥੇ ਕੰਮ ਨਾ ਚੱਲਿਆ ਅਸੀਂ ਪਹਿਲਾਂ ਹੀ ਲੱਖਾਂ ਰੁਪਏ ਦੇ ਆੜਤੀਆਂ ਦੇ ਕਰਜ਼ਾਈਦਾਰ ਹਾਂ ਜੇ ਸਾਡੇ ਕੋਲ ਹੋਰ ਕਰਜ਼ਾ ਸਾਡੇ ਸਿਰ ਚੜ ਗਿਆ ਅਸੀਂ ਤਾਂ ਜਿਵੇਂ ਕਿਸਾਨ ਫਾਇਲ ਲੈਂਦੇ ਹਾਂ ਨਹਿਰਾਂ ਛਾਲ ਮਾਰਦੇ ਸਾਡਾ ਤਾਂ ਉਹ ਕੰਮ ਹੋ ਜਾਏਗਾ ਅਸੀਂ ਵੀ ਆਤਮ ਹੱਤਿਆ ਕਰਾਂਗੇ ਕਿਉਂਕਿ ਸਾਡਾ ਰੁਜ਼ਗਾਰ ਹੀ ਉਰੇ ਹੈ ਉਰੇ ਕੰਮ ਮਰਸੀ ਸਾਡਾ ਇੱਕ ਕੁਛ ਸਾਰੇ ਬੰਦੇ 150 ਕਮਾਉਣ ਵਾਲੇ ਬੰਦੇ ਹੈ ਜੇ ਸਾਡਾ ਉੱਥੇ ਵੀ ਕੰਮ ਨਾ ਚੱਲਿਆ ਫਿਰ ਤਾਂ ਅਸੀਂ ਮਰਨ ਦੇ ਕੰਡੇ ਚੱਲਾਂਗੇ।
ਸਾਡੀ ਮੰਗ ਹੈ ਵੀ ਅਸੀਂ ਉਰੀ ਰਹੀਏ ਜਦ ਤੱਕ ਸਾਨੂੰ 2 ਸਾਲ ਅਜੇ ਸਾਨੂੰ ਛੇੜਿਆ ਨਾ ਜਾਵੇ, ਜਦ ਤੱਕ ਕਰੋਨਾ ਦੀ ਮਹਾਮਾਰੀ 'ਚ ਸਾਰੇ ਲੋਕਾਂ ਦੇ ਕਾਰੋਬਾਰ ਸੈੱਟ ਨਹੀਂ ਹੋ ਜਾਂਦੇ, ਸਾਨੂੰ ਹਜੇ 2 ਸਾਲ ਨਾ ਛੇੜਿਆ ਜਾਵੇ, ਕਿਉਂਕਿ ਅਸੀਂ ਪ੍ਰਸ਼ਾਸਨ ਦੇ ਨਾਲ ਹਾਂ। ਜਿੱਥੇ ਪ੍ਰਸ਼ਾਸਨ ਕਹੇਗਾ ਅਸੀਂ ਉੱਥੇ ਜਾਵਾਂਗੇ, ਪਰ ਸਾਨੂੰ ਹਜੇ 2 ਸਾਲ ਸਾਡੇ ਕਾਰੋਬਾਰ ਨਾ ਛੇੜੇ ਜਾਣ, ਕਿਉਂਕਿ ਅਸੀਂ ਬਹੁਤ ਦੁਖੀ ਹਾਂ। ਹਰ ਇੱਕ ਬੰਦਾ ਕਰਜ਼ਾਈ ਹੈ ਇਸ ਟਾਈਮ, ਆੜਤੀਆਂ ਦਾ ਸਭ ਕਰਜ਼ੇ ਦੀ ਮਾਰ 'ਚ ਚੱਲ ਰਹੇ ਹੈ। ਸਰ ਸਾਡੇ ਕੋਲ ਇੰਸਪੈਕਟਰ ਸਾਹਿਬ ਨੂੰ ਅਸੀਂ ਮਿਲੇ ਹਾਂ, ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ, ਗਰੀਬਾਂ ਦੀ ਕੋਈ ਸੁਣਵਾਈ ਨਹੀਂ ਸਾਡੇ ਨਾਲ। ਅੱਜ ਜਦੋਂ ਦੀ ਪੰਜਾਬ ਸਰਕਾਰ ਆਈ ਹੈ, ਪੰਜਾਬ ਸਰਕਾਰ ਆਈ ਸਾਡੇ ਨਾਲ, ਅੱਜ 4ਵੀਂ ਵਾਰੀ ਧੱਕਾ ਹੋ ਰਿਹਾ। ਸਾਡੀ ਮੇਨ ਇਹੀ ਹੈ ਵੀ ਸਾਨੂੰ ਉਰੋਂ ਨਾ ਚੱਕਿਆ ਜਾਵੇ, ਅਸੀਂ ਉਰੀ ਰਹਿਣਾ ਚਾਹੁੰਦੇ ਹਾਂ, ਉਰੀ ਟਿਕਣਾ ਚਾਹੁੰਦੇ ਹਾਂ, ਸਾਡਾ ਕਾਰੋਬਾਰ ਚੱਲਣਾ ਚਾਹੀਦਾ। ਪ੍ਰਸ਼ਾਸਨ ਅਸੀਂ ਪੂਰਾ ਸਾਥ ਦੇਵਾਂਗੇ, ਪਰ ਸਾਨੂੰ ਹਜੇ ਥੋੜ੍ਹਾ ਟਾਈਮ ਦੇਣਾ ਚਾਹੀਦਾ, 2 ਸਾਲ ਦਾ ਘੱਟੋ ਘੱਟ। ਬਈ ਨੋਟ ਕਰੋ ਪ੍ਰਦਰਸ਼ਨਕਾਰੀ ਸਾਰੇ, ਸਾਰਿਆਂ ਨੂੰ ਪਤਾ ਵੀ ਕੋਰੋਨਾ ਮਹਾਂਮਾਰੀ ਦੀ ਬਿਮਾਰੀ ਚੱਲ ਰਹੀ ਆ, ਉਹਦੇ ਰਿਗਾਰਡਿੰਗ ਹੈਲਥ ਡਿਪਾਰਟਮੈਂਟ, ਪੰਜਾਬ ਸਰਕਾਰ, ਸੈਂਟਰ ਗੌਰਮੈਂਟ ਵੱਲੋਂ ਜਿਹੜੀਆਂ ਇੰਸਟ੍ਰਕਸ਼ਨ ਜਾਰੀ ਹੋਈਆਂ, ਉਹਦੇ ਅਕੋਰਡਿੰਗ ਸੋਸ਼ਲ ਡਿਸਟੈਂਸ ਬਹੁਤ ਜ਼ਰੂਰੀ ਹੈ। ਆਪ ਲੋਕ ਬੜੇ ਇਕੱਠੇ ਹੋਏ ਖੜ੍ਹੇ ਹੋ, ਇਸ ਲਈ ਬਰਾਏ ਮਿਹਰਬਾਨੀ ਆਪਣਾ ਸੋਸ਼ਲ ਡਿਸਟੈਂਸ ਬਣਾਓ। 5 ਤੋਂ ਵੱਧ ਵਿਅਕਤੀ ਇਕੱਠੇ ਹੋਣਾ ਵੀ ਕਾਨੂੰਨ ਉਲੰਘਣਾ, ਅਤੇ ਇੱਕ ਮਾਸਕ ਬਹੁਤ ਬੰਦਿਆਂ ਦੇ ਮਾਸਕ ਨਹੀਂ ਪਾਇਆ ਹੈ, ਇਸ ਕਰਕੇ ਬਰਾਏ ਮਿਹਰਬਾਨੀ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰੋ, ਆਪਸੀ ਦੂਰੀ ਬਣਾ ਕੇ ਰੱਖੋ। ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਖਤਮ ਕਰੋ। ਜਿਹੜੀ ਤੁਹਾਡੀ ਕੋਈ ਡਿਮਾਂਡ ਹੈ ਉਹ ਤੁਹਾਡੀ ਕਾਰਪੋਰੇਸ਼ਨ ਕੋਲ ਪਹੁੰਚਾ ਦਿੱਤੀ ਜਾਂਦੀ ਹੈ। 5 ਬੰਦੇ ਜਿਹੜੇ ਵੀ ਜਾਣਾ ਚਾਹੁੰਦੇ ਨੇ, 5 ਬੰਦੇ ਆ ਜਾਓ, ਤੁਹਾਡੀ ਮੀਟਿੰਗ ਕਰਵਾ ਦਿੰਦੇ ਹਾਂ। ਆਪਣੀ ਡਿਮਾਂਡ ਨੂੰ ਸਹੀ ਤਰੀਕੇ ਨਾਲ ਰੱਖੋ, ਐਸਾ ਪ੍ਰੋਟੈਸਟ ਨਾ ਕਰੋ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।